ਅਸਲਾਮ ਅਲੈਕਮ ਜੀ ਐਨ ਪਿਆਰਪਰੀ ਸਤਿ ਸ਼੍ਰੀ ਅਕਾਲ ਆਦਾਬ ਮੈਂ ਹਾਂ ਤੁਹਾਡਾ ਆਪਣਾ ਹੋਸ ਸ਼ਾਹੀਦ ਸ਼ਵੀਰ ਬਾਬਾ ਜੀ ਹੋਰ ਤੁਸੀਂ ਦੇਖ ਰਹੇ ਹੋ ਰੇਡੀਓ ਸਾਡੇ ਵਾਲਾ ਐਂਡ ਵੈਬ ਟੀਵੀ ਸਾਡੇ ਵਾਲਾ ਵੈਬ ਟੀਵੀ ਸਾਡੇ ਵਾਲਾ ਸਾਡੇ ਵਾਲਾ ਰੇਡੀਓ ਅੱਜ ਬਹੁਤ ਹੀ ਮੁਸ਼ਕਲ ਜਗ੍ਹਾ ਦੇ ਉੱਤੇ ਪਹੁੰਚੇ ਆ ਇੱਕ ਦਿਨ ਪਰ ਅਸੀਂ ਰਿਕਾਰਡਿੰਗ ਦੀ ਖਾਲਸਾ ਪੰਥ ਦੇ ਉਹ ਅਨਮੋਲ ਰਤਨ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਨ੍ਹਾਂ ਦੇ ਬਾਰੇ ਵਿੱਚ ਤੁਸੀਂ ਕਿਤਾਬਾਂ 'ਚ ਪੜਿਆ ਹੋਵੇਗਾ ਗੈਜ਼ਟਿਅਸ 'ਚ ਪੜਿਆ ਹੋਵੇਗਾ बाकी ਤੁਹਾਨੂੰ ਕੋਈ ਕਲੂ ਨਹੀਂ ਮਿਲੇਗਾ ਜੀ ਹਾਂ ਰਿਸਰਚ ਨਾਮ ਬਹੁਤ ਸੁਖਾ ਹੈ ਪਰ ਰਿਸਰਚ ਬਹੁਤ ਔਖੀ ਹੈ ਮੇਰੀ ਨੀਂਦ ਵਿੱਚ ਦਰਦ ਹੈ ਔਰ ਨਕਸ਼ ਸ਼ਦੀਦ ਨਿਕਲਿਆ ਹੋਇਆ ਮੇਰੇ ਫੇਸ ਇਮਪ੍ਰੈਸ਼ਨ ਤੁਹਾਨੂੰ ਦਿਸ ਰਹੇ ਹੋਣੇ ਨੇ ਕਿ ਬਸ ਇੱਕ ਭਾਈ ਸਾਹਿਬ ਨੇ ਕਾਲ ਕੀਤੀ ਕਿ ਅਸੀਂ ਬਾਬਾ ਖੇਮ ਸਿੰਘ ਬੇਦੀ ਸਰ ਰਾਏ ਬਹਾਦਰ ਬਾਬਾ ਖੇਮ ਸਿੰਘ ਬੇਦੀ ਦੀ ਵੰਸ਼ ਵਿੱਚੋਂ ਆ ਯਾਨੀ ਕਿ ਬਾਬਾ ਗੁਰੂ ਨਾਨਕ ਸਾਹਿਬ ਦੀ ਅਨਸ਼ ਵੰਸ਼ ਬੇਦੀ ਪਰਿਵਾਰ ਹੈ ਮੈਂ ਤਾਂ ਇੱਕ ਵਾਰੀ ਹਿਲ ਗਿਆ ਸੀ ਤੇ ਭਾਈ ਸਾਹਿਬ ਜਿਹੜੇ ਨੇ ਉਹ ਇਸ ਵੇਲੇ 19 ਤੋਂ 20ਵੀਂ ਪੀੜੀ ਜਿਹੜੀ ਹੈ ਬਾਬਾ ਗੁਰੂ ਨਾਨਕ ਸਾਹਿਬ ਦੀ ਉਹਨਾਂ ਨਾਲ ਜਾ ਕੇ ਮਿਲਦੇ ਨੇ ਐਨੀ دیر ਖاموش ਰਹਿ ਚੁੱਪ ਰਹਿ ਕਿਉਂ ਰਹਿ ਬਹੁਤ ਜ਼ਿਆਦਾ ਸਾਰੀਆਂ ਵਜੂਹਾਂ ਹਨ ਤੁਸੀਂ ਸਾਰੀਆਂ ਸਾਡੀਆਂ ਸਟੋਰੀ ਨੰਬਰ 1 2 3 4 ਜਿਹੜੀ ਹੈ ਨਾ ਉਹ ਦੇਖੋਗੇ ਫਿਰ ਤੁਹਾਨੂੰ ਸਮਝ ਆਏਗੀ ਅੱਜ ਦੀ ਇਹ ਸ਼ਾਮ ਖਾਲਸਾ ਪੰਥ ਦੇ ਨਾਮ حقیقی ਤੌਰ ਤੇ ਖਾਲਸਾ ਪੰਥ ਦੇ ਨਾਮ ਜਿਨ੍ਹਾਂ ਲੋਕਾਂ ਨੇ ਖਾਲਸਾ ਪੰਥ ਦੀ ਖਾਤਰ ਆਪਣੀ ਜਿਹੜੇ ਨੇ ਕਹਿ ਲਓ ਬੰਦ-ਬੰਦ ਨਹੀਂ ਕਟਾਏ ਔਰ ਆਪਣੇ ਸਿਰ ਲਵਾਏ ਔਰ ਚੜਕੀਆਂ ਦੇ ਉੱਤੇ ਚੜੇ ਮੈਂ ਕਹਿੰਦਾ ਮੈਂ ਸਲੂਟ ਹੈ ਉਹਨਾਂ ਲੋਕਾਂ ਨੂੰ ਕਿ ਜਿਨ੍ਹਾਂ ਨੇ ਆਪਣਾ ਧਰਮ ਨਹੀਂ ਹਾਰਿਆ ਠੀਕ ਹੈ ਜੀ ਔਰ ਕਹਿ ਲਵੋ ਤੁਸੀਂ ਕਿ ਉਹਨਾਂ ਨੇ ਸਿੱਖੀ ਆਪਣੀ ਸੱਚੇ ਸਿੱਧਕ ਨਾਲ ਜਿਹੜੀ ਹੈ ਉਹ ਨਿਭਾਈ ਹੈ ਪਿੱਛੇ ਤੁਸੀਂ ਦੇਖੋ ਅਗਰ ਗਰੂਪ ਹੁੰਦਾ ਹੋਇਆ ਸੂਰਜ ਇਹ ਉਹ ਸੂਰਜ ਹੈ ਜਿਹਦੀ ਲਾਲੀ ਦੇ ਮਤਲਬ ਕਿ ਕਿਹਾ ਜਾਂਦਾ ਕਿ ਵੰਡ ਦੇ ਵੇਲੇ ਅੱਖਾਂ ਦੀ ਲਾਲੀ ਦੱਸਦੀ ਐ ਕਿ ਰੋਏ ਤੁਸੀਂ ਵੀ ਹੋ ਤੇ ਰੋਏ ਅਸੀਂ ਵੀ ਹਾਂ ਤੇ ਇੱਥੇ ਰੋਣ ਵਾਲੇ ਜਿਹੜੇ ਨੇ ਉਹ ਮੈਂ ਕਵਾਂਗਾ ਕਿ ਸ਼ਾਮ ਢਲ ਗਈ ਵੀ ਐ ਅੱਜ ਮੇਰਾ ਆਪਣਾ ਵੀ ਮਨ ਭਰਿਆ ਹੋਇਆ ਕਿ ਕੋਈ ਕਿੰਨਾ ਕੁ ਦੁਖੀ ਹੋ ਸਕਦਾ ਹੈ ਆਪਣੇਆਂ ਦੇ ਪਿਆਰ ਦੇ ਵਿੱਚ ਕਿੰਨਾ ਕੁ ਪਾਗਲ ਹੋ ਸਕਦਾ ਤੇ ਮੈਂ ਇਸ ਚੀਜ਼ ਨੂੰ ਫੀਲ ਕਰਦਾ ਹਾਂ ਔਰ ਹਮੇਸ਼ਾ ਤੁਹਾਡੇ ਸਾਹਮਣੇ ਕੋਈ ਟੱਚਿੰਗ ਕੋਈ ਨਵੀਂ ਸਟੋਰੀ ਲੈ ਕੇ ਆਉਣਾ ਮੈਂ ਮੈਨੂੰ ਇੱਕ ਵੀਰਜੀ ਨੇ ਫੋਨ ਕੀਤਾ ਕਿ ਮੈਂ ਥੋਹਾ ਖਾਲਸਾ ਤੋਂ ਆਂ ਥੋਹਾ ਖਾਲਸਾ ਤੋਂ ਤੁਸੀਂ ਵਾਕਿਫ ਹੋ ਇੱਥੇ ਬਹੁਤ ਹੀ ਮਸ਼ਹੂਰ ਗੁਰਦੁਆਰਾ ਸੀ ਗੁਰਦੁਆਰਾ ਸ੍ਰੀ ਦੁਖ ਭਜਨੀ ਜੀ ਦੁਖ ਭਜਨੀ ਦੀ ਜਦੋਂ ਗੱਲ ਆਉਂਦੀ ਹੈ ਤੇ ਨਾਲ ਹੀ ਨਾਲ 26 ਕੋਰ ਪੈਣਾ ਦੀ ਵੀ ਗੱਲ ਆਉਂਦੀ ਹੈ ਜਿਨ੍ਹਾਂ ਨੂੰ ਵੱਢ ਕੇ ਜਾਂ ਉਹਨਾਂ ਦੀਆਂ ਸ਼ਾਹ ਰਗਾਂ ਕੱਟ ਕੇ ਉਸ ਟਾਈਮ ਦੇ ਗਿਆਨੀ ਸਾਹਿਬ ਨੇ ਔਰ ਉਸ ਟਾਈਮ ਦੇ ਵੱਡੇ ਜਿਹੜੇ ਸਨ ਉਹਨਾਂ ਨੇ ਖੂਹ ਭਰ ਦਿੱਤੇ ਦੋ ਖੂਹ ਭਰ ਦਿੱਤੇ ਇੱਕ ਪਿੰਡ ਦਾ ਔਰ ਇੱਕ ਗੁਰੂ ਘਰ ਦਾ ਉਹ ਮੈਂ ਉਸ ਪਿੰਡ ਦੇ ਇਸ ਵੇਲੇ ਟਾਪ ਬਿਲਕੁਲ ਚੋਟੀ ਦੇ ਉੱਤੇ ਖਲੋਤਾ ਹੋਇਆ ਹਾਂ ਜਿੱਥੇ ਬਾਬਾ ਗੁਰ ਸਿੰਘ ਬਾਬਾ ਗੁਰਬਖਸ਼ ਸਿੰਘ ਜਿਹੜੇ ਨੇ ਬਾਬਾ ਖੇਮ ਸਿੰਘ ਬੇਦੀ ਦੇ ਜਿਹੜੇ ਬੇਟੇ ਸਨ ਠੀਕ ਹੈ ਜੀ ਜਿਨ੍ਹਾਂ ਨੂੰ ਰਾਜਕੁੰਵਰ ਵੀ ਕਿਹਾ ਜਾਂਦਾ ਸੀ ਰਾਜਕੁੰਵਰ ਜੀ ਜਿਹੜੇ ਨੇ ਉਹਨਾਂ ਦਾ ਬੇਟਾ ਅਗੋਂ ਅਗਰ ਤੁਸੀਂ ਦੇਖੋ ਤੇ ਉਹਨਾਂ ਦੀ ਜਿਹੜੀ ਬੇਟੀ ਹੈ ਉਹਨਾਂ ਦੀ ਬੇਟੀ ਜਿਹੜੀ ਹੈ ਉਹ ਇਸ ਜਗ੍ਹਾ ਦੇ ਉੱਤੇ ਦਫਨ ਹੈ ਜੋ ਕਿ ਜਿਸ ਦਾ ਨਾਮ ਬਲਵੰਤ ਕੌਰ ਸੀ ਔਰ ਉਹ ਕੀ ਬਣੇ ਜ਼ੈਨਾਬ ਬਣੇ ਉਹਨਾਂ ਨੇ ਇਸਲਾਮ ਕਬੂਲ ਕੀਤਾ ਔਰ ਉਹਨਾਂ ਦੀ ਸ਼ਾਦੀ ਜਿਹੜੀ ਹੈ ਮਤਲਬ ਕਿ ਮੁਸਲਮਾਨ ਨਾਲ ਹੀ ਹੋਈ ਉਹ ਤਮਾਮ ਦੀ ਤਮਾਮ ਸਟੋਰੀ ਜਿਹੜੀ ਹੈ ਅਸੀਂ ਉਹਨਾਂ ਦੇ ਅੰਸ਼-ਵੰਸ਼ ਦੇ ਰਾਹੀ ਹੀ ਤੁਹਾਡੇ ਨਾਲ ਕਰਦੇ ਆਂ ਪੂਰੀ ਤਸੋ ਇੱਕ ਵਾਰੀ ਜਰਾ ਤੁਸੀਂ ਰਸਤਾ ਜਰਾ ਪਿਛਲਾ ਵੀ ਦਿਖਾ ਦਿਓ ਜਿੱਥੋਂ ਅਸੀਂ ਚੜ ਕੇ ਆਏ ਆਂ ਔਰ ਸਾਨੂੰ ਕਾਫੀ ਲੋਕਾਂ ਨੇ ਅਸਿਸਟ ਵੀ ਕੀਤਾ ਔਰ ਇਹ ਬਹੁਤ ਹੀ ਔਖਾ ਰਸਤਾ ਹੈ ਜਿਸ ਤੋਂ ਅਸੀਂ ਆਏ ਹਾਂ ਔਰ ਇੰਨਾ ਸੋਖਾ ਨਹੀਂ ਸੀ ਇਸ ਜਗ੍ਹਾ ਦੇ ਉੱਤੇ ਸਾਡੇ ਵੀ ਇੱਕ ਰਿਸਰਚਰ ਦੀ ਰਿਸਰਚ ਉਹਦੀ ਜਾਨ ਹੀ ਉਹਦਾ ਕਠਨ ਉਹਦਾ ਜਿਹੜਾ ਖਾਲਸਮਨ ਹੁੰਦਾ ਉਹ ਇਹੀ ਹੁੰਦਾ ਕਿ ਉਹਦੀਆਂ ਚੜ੍ਹਾਈਆਂ ਉਤਰਾਈਆਂ ਹੋਰ ਮੁਸ਼ਕਲਾਂ ਜੜੀਆਂ ਨੇ ਜੀ ਹਾਂ ਜੀ ਬਹੁਤ ਔਖੇ ਪੰਡੇ ਕਰਕੇ ਅਸੀਂ ਇਸ ਜਗ੍ਹਾ ਦੇ ਉੱਤੇ ਪਹੁੰਚੇ ਹਾਂ ਇਹ ਜਗ੍ਹਾ ਹੈ ਜੀ ਜਿਹੜੀ ਕਿ ਜਿਹਦੀ ਮੈਂ ਗੱਲ ਕਰ ਰਿਹਾ ਤੁਸੀਂ ਅਗਰ ਤਖਤੀ ਵੱਡੋ ਅੱਛਾ ਇੱਕ ਹੋਰ ਵੱਡੀ ਬੜੀ ਮਜ਼ੇਦਾਰ ਗੱਲ ਹੈ ਜਿਹੜੀ ਕਿ ਬਾਬਾ ਖੇਮ ਸਿੰਘ ਬੇਦੀ ਜੀ ਬਾਰੇ ਕਿਸੇ ਵੀ ਜਗ੍ਹਾ ਦੇ ਉੱਤੇ ਕਿਸੇ ਵੀ ਰਿਕਾਰਡ ਦੇ ਵਿੱਚ ਮੈਂ ਓਰਲ ਹਿਸਟਰੀ ਨੂੰ ਕਿਉਂ ਮੰਨਦਾ ਹਾਂ ਕਿ ਓਰਲ ਹਿਸਟਰੀ ਦੇ ਵਿੱਚ ਬਹੁਤ ਕੁਝ ਲਿਖਿਆ ਜਾਂਦਾ ਐਸਾ ਰੂਬ ਰੂ ਚੱਲਦਾ ਹੈ ਸੀਨਾ ਬਸੀਨਾ ਚੱਲਦਾ ਹੈ ਕਿ ਜਿਹੜਾ ਵੈਸੇ ਨਹੀਂ ਮਿਲਦਾ ਜਿਸ ਤਰ੍ਹਾਂ ਇੱਥੇ ਲਿਖਿਆ ਹੋਇਆ ਹੈ ਬਾਬਾ ਮਹੱਲਾ ਵਾਲਾ ਠੀਕ ਹੈ ਜੀ ਬਾਬਾ ਮਹੱਲਾ ਵਾਲਾ ਕਿਉਂਕਿ ਇਸ ਇਲਾਕੇ ਦੇ ਵਿੱਚ ਨਾਰਥ ਵੈਸਟ ਪੰਜਾਬ ਦੇ ਵਿੱਚ ਐਡਾ ਵੱਡਾ ਮਹਿਲ ਕਿਸੇ ਦਾ ਵੀ ਨਹੀਂ ਹੈ ਜਿਹੜਾ ਕਿ ਬੇਦੀ ਮਹਿਲ ਜਿਹਦੇ 64 ਕਮਰੇ ਸਿਰਫ ਨਦਰ ਆਂਦੇ ਨੇ ਔਨ ਦਾ ਗਰਾਉਂਡ ਅੰਡਰ ਗਰਾਉਂਡ ਚੈਂਬਰਸ ਕੱਢ ਕੇ ਉਹਨਾਂ ਦੀ ਅਦਾਲਤ ਕੱਢ ਕੇ ਕੋੜਿਆਂ ਦੇ ਕਮਰੇ ਕੱਢ ਕੇ ਉਹਨਾਂ ਦੇ ਮਹਿਮਾਨਖਾਨੇ ਕੱਢ ਕੇ ਗੁਰੂ ਘਰ ਉਹਨਾਂ ਦਾ ਕੱਢ ਕੇ ਛੋਂਠ ਕਮਰੇ ਸਿਰਫ ਉਹਨਾਂ ਦੇ ਰਹਾਇਸ਼ੀ ਸੀ ਔਰ ਟਾਪ ਦੇ ਉੱਤੇ ਚਾਰ ਤੋਂ ਪੰਜ ਚੌਕੀਆਂ ਸਨ ਠੀਕ ਹੈ ਜੀ ਐਸਲੀ ਲਿਖਿਆ ਹੋਇਆ ਸਭ ਤੋਂ ਉੱਤੇ ਬਿਸਮਿਲਲਾ ਰਹਿਮਾਨੁ ਰਹੀਮ ਪਹਿਲਾ ਕਲਮਾ ਸਾਡਾ ਇਸਲਾਮ ਦਾ ਲਾ ਇਲਾਹਾ ਇਲਾ ਮੁਹੰਮਦ ਰਸੂਲullah देयर इज नो ਗੋਡ ਬਟ ਅੱਲਾ ਹਜ਼ਰਤ ਮੁਹੰਮਦ ਪੀਸ ਬੀ ਅਪਨ ਹਿਮ ਇਜ਼ ਦਾ ਲਾਸਟ ਪ੍ਰੋਫਿਟ ਆਫ ਦੀ ਗੋਡ ਯਾਨੀ ਕਿ ਕੋਈ ਇਬਾਦਤ ਦੇ ਲਾਇਕ ਨਹੀਂ ਹੈ ਅੱਲਾ ਦੇ ਸਿਵਾ ਔਰ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹ ਵਸੱਲਮ ਜਿਹੜੇ ਨੇ ਉਹ ਅੱਲਾ ਤਾਲਾ ਦੇ ਆਖਰੀ ਨਬੀ ਹਨ ਥੱਲੇ ਲਿਖਿਆ ਹੈ ਬਾਬਾ ਮੁਹੱਲਾ ਵਾਲਾ ਠੀਕ ਹੈ ਜੀ ਕਰਮ ਸਿੰਘ ਬੇਦੀ ਲਿਖਣਾ ਸੀ ਤੇ ਉਹਨਾਂ ਨੇ ਕਰਨ ਸਿੰਘ ਬੇਦੀ ਜਿਹੜਾ ਲਿਖ ਦਿੱਤਾ ਇਹ ਛੋਟੀ ਜਿਹੀ ਗਲਤੀ ਹੋਈ ਹੈ ਕਰਮ ਸਿੰਘ ਕੀ ਪੋਤੀ ਕੁੰਵਰ ਮਹਿੰਦਰ ਸਿੰਘ ਬੇਦੀ ਠੀਕ ਹੈ ਜੀ ਕੁੰਵਰ ਮਹਿੰਦਰ ਸਿੰਘ ਬੇਦੀ ਜਿਨ੍ਹਾਂ ਨੂੰ ਕਿ ਬਾਬਾ ਗੁਰਬਖਸ਼ ਸਿੰਘ ਬੇਦੀ ਵੀ ਕਿਹਾ ਜਾਂਦਾ ਸੀ ਠੀਕ ਹੈ ਜੀ ਸਹ ਬੇਦੀ ਸਹਰ ਕੀ ਬੇਟੀ ਜ਼ੈਨਬੀਬੀ ਠੀਕ ਹੈ ਜੀ ਜ਼ੈਨਬੀਬੀ ਦਾ ਨਾਮ ਜਿਹੜਾ ਬਲਵੰਤ ਕੋਰਸੀ ਪਹਿਲੇ ਉਸ ਤੋਂ ਬਾਅਦ ਜ਼ੋਜਾ ਸ਼ੇਖ ਮੁਹੰਮਦਦੀਨ ਦੁਖਤਰ ਹੀਰਾ ਸਿੰਘ ਥੋਹਾ ਖਾਲਸਾ 8 ਨਵੰਬਰ 1971 ਦੇ ਵਿੱਚ ਇਹ ਦੁਨੀਆ ਤੋਂ ਚਲੇ ਜਾਂਦੇ ਨੇ ਅਸੀਂ ਤੁਹਾਡੇ ਨਾਲ ਰੂਬ ਰੂ ਕਰਵਾਉਂਦੇ ਆ ਕਿ ਜਿਹੜੇ ਇਸ ਪਰਿਵਾਰ ਦੇ ਜਿਹੜੇ 18ਵੇਂ ਤੋਂ ਉਨੀਵਾਂ ਬੰਛਾ ਜਿਹੜਾ ਜਿਨ੍ਹਾਂ ਨੂੰ ਕਿ ਬਾਬਾ ਮਿੱਠਾ ਜੀ ਕਿਹਾ ਜਾਂਦਾ ਔਰ ਉਹਨਾਂ ਦਾ ਪੂਰਾ ਨਾਮ ਜਿਹੜਾ ਹੈ ਮਨੀਰ ਅਰਸ਼ਦ ਬਾਬਾ ਮਿੱਠਾ ਜੀ ਦੇ ਨਾਮ ਤੋਂ ਕਹਿ ਲਵੋ ਤੁਸੀਂ ਕਿ ਮਸ਼ਹੂਰ ਨੇ ਉਹਨਾਂ ਨੇ ਹੀ ਸਾਨੂੰ ਜਿਹੜਾ ਕਹਿ ਲਵੋ ਤੁਸੀਂ ਕਿ ਦਾਵਤ ਦਿੱਤੀ ਸੀ ਨਾਲ ਹੀ ਨਾਲ ਉਹਨਾਂ ਦੇ ਫਰਸਟ ਕਜ਼ਨ ਵੀ ਮੌਜੂਦ ਨੇ ਤੇ ਅਸਲਾਮੁਅਲੈਕੁਮ ਜੀ ਅਖੀਰ ਬਾਬਾ ਮੁਹੱਲਾ ਵਾਲੇ ਦੀ ਪੋਤਰੀ ਦੇ ਅਸੀਂ ਪਹੁੰਚ ਗਏ ਇਹ ਅਸੀਂ ਆਪਣੀ ਨਾਨੀ ਜਿਹੜੀ ਸੀ ਬਲਵੰਦ ਕੋਲ ਜਿਹਨਾਂ ਦਾ ਇਸਲਾਮੀ ਨਾਂ ਜ਼ੈਨਮ ਬੀਬੀ ਸੀ ਜਿਹੜੇ ਮਮਨਦੀਨ ਉਦਾਸ ਸਿੰਘ ਦੀ ਬੀਵੀ ਸੀ ਜਿਹੜੀ ਹੀਰਾ ਸਿੰਘ ਦੀ ਨੂੰਹ ਸੀ ਉਹਨਾਂ ਨੇ ਕਬੱਤੇ ਖਲਤੇ ਵਿਆਂ ਔਰ ਫਤਿਹਖਾਨੀ ਕੀਤੀ ਔਰ ਇਹ ਬਾਬਾ ਮਹਿਲਾ ਦੇ ਹੋਵੇ ਜਿਨ੍ਹਾਂ ਨੂੰ ਬਾਬਾ ਖੈਮ ਸਿੰਘ ਕਹਿੰਦੇ ਸੇ ਬਾਬਾ ਗੋਬੀ ਸਿੰਘ ਦੀ ਇਹ ਬੇਟੀ ਸਨ ਸਾਡੀ ਨਾਨੀ ਸਨ ਅਸੀਂ ਖਲਤੇ ਆਂ ਤੇ ਦੁੱਖ ਨਹਾਜ਼ਰ ਕਰਨੇ ਆ ਪਏ ਅਸੀਂ ਕਬਰ ਤੇ ਆਏ ਆ ਕਬਰ ਦੇਖਣੇ ਪਿਆ ਇਸ ਕਬਰਸਤਾਨ ਦੇ ਵਿੱਚ ਹਾਲਾਤ ਹੀ ਕੁਝ ਚੇਂਜ ਹੋਏ ਨੇ ਬਾਕੀ ਕਿਉਂਕਿ ਹੁਣ ਕਬਰਸਤਾਨ ਦਾ ਕੋਈ ਦਾਖਲੀ ਰਸਤਾ ਵੀ ਨਹੀਂ ਹੈ ਪ੍ਰੋਪਰ ਕੋਈ ਰਸਤਾ ਨਹੀਂ ਹੈ ਚੜਾਈਆਂ ਚੜੀ ਚੜੀ ਬੜੇ ਮੁਸ਼ਕਲ ਅਸਾਂ ਇੱਥੇ ਕਬਰਾਂ ਪਰ ਪਹੁੰਚੇ ਆਂ ਔਰ ਇਹ ਅਸਾਂ ਦੇ ਨਾਲ ਜਿਹੜੇ ਖਲਤੇ ਨੇ ਦੂਸਰੀ ਖਾਲਾ ਜਿਹੜੀ ਅਸਗਰ ਜਾਨ ਬੇਟੀ ਸੀ ਮੁਹੰਮਦ ਦੀ ਅਸਕਰ ਜਾਨ ਬੇਟੀ ਸੀ ਮੁਹੰਮਦਦੀਨ ਨੇ ਇਹ ਉਹਨਾਂ ਦੇ ਪੁੱਤਰ ਨੇ ਸਾਡੇ ਕਜ਼ਨ ਨੇ ਅਸੀਂ ਆਪਣੀ ਬੇਬੇ ਦੀ ਕਬਰ ਤੇ ਖੜੇ ਆਂ ਔਰ ਦੱਸਦੇ ਆਂ ਕਿ ਇਹ ਬਾਬਾ ਮਹਿਲਾਲੇ ਬਾਬਾ ਖੈਮ ਸਿੰਘ ਦੀ ਪੋਤਰੀ ਸੀ ਇਹ ਮੁਹੰਮਦਦੀਨ ਦੀ بیوی ਸੀ ਹੀਰਾ ਸਿੰਘ ਦੀ ਨੂੰਹ ਸੀ ਔਰ ਅਸੀਂ ਰਿਕਵੈਸਟ ਕਰਦੇ ਆਂ ਕਿ ਇਹ ਸਾਲੀਆਂ ਬੇਬੇ ਨਹੀਂ ਆ ਜਿਹੜੀਆਂ ਇੱਥੇ ਜ ਮਹਿਲ ਲੈ ਸਕਦੇ ਆ ਬਾਬਿਆਂ ਨੇ ਯਾ ਕੋਈ ਜਗ੍ਹਾ ਯਾ ਅਸਾਂ ਉਹਨਾਂ ਦਾ ਦ دیدار ਕਰਨਾ ਚਾਹਣੇ ਜਿਸ ਦਾ ਕਿ ਐਸਾ ਕਬਰ ਤੇ ਆਏ ਆਪਣੀ ਬੇਬੇ ਦੀ ਨਾਨੀ ਦੀ ਕਬਰ ਤੇ ਖਲਤੇ ਆ ਨਾਨਾ ਜੀ ਦੀ ਕਬਰ ਤੇ ਗਏ ਆ ਇਸ ਵੇਲੇ ਅਸਾਂ ਬਾਬੇ ਦੇ ਮਹਿਲ ਤੇ ਗਏ ਆ ਸਾਰੇ ਤਕਿਆ ਸੁਣਿਆ ਅਸਾਂ ਕੀ ਬਸ ਇਹ ਦਿਲ ਹੀ ਨ ਸਦਮਾ ਆ ਕਿ ਜਿਹੜੇ ਸਾਡੇ ਬਾਬੇ 39 ਨੇ ਵਿੱਚ ਸਾਡੇ ਕੋਲੋਂ ਜੁਦਾ ਹੋਏ ਨੇ ਅਸੀਂ ਇਹ ਸਾਡੀ ਨਾਨੀ ਹੈ ਜਿਹੜੇ ਇਸ ਤੋਂ ਇਹ ਸ਼ਹਿਰ ਨੇ ਵਿੱਚ ਪਾਗਲ ਹੋਏ ਨੇ ਜਿਨ੍ਹਾਂ ਦਾ ਦਿਮਾਗ ਖਰਾਬ ਹੋ ਗਿਆ ਸੀ ਸੁਨਤਾ ਜਦੋਂ پاگل ਹੋਏ ਸਨ ਜਦੋਂ ਸੁਨਤਾ ਜੀ ਪਈ ਸਾਡੇ ਬਿਛੋੜੇ ਪਏ ਨੇ ਉਸ ਤੋਂ ਬਾਅਦ ਸਾਡੀ ਨਾਨੀ ਦਾ ਦਿਮਾਗ ਚਲਾ ਗਿਆ ਔਰ ਉਹਨੇ ਇਸ ਤੋਹਨੀਆਂ ਗਲੀਆਂ ਨੇ ਵਿੱਚ ਤੇ ਕੇ ਖਾਈ ਕੇ ਜ਼ਿੰਦਗੀ guzारी ਹੈ ਸੰਨ 1970 ਵਿੱਚ ਅੱਲਾ ਰਸੂਲ ਨੇ ਵਾਦਾ ਹੀ ਕੇ ਇਹ ਉਹਨਾਂ ਦੀ ਕਬਰ ਮੁਬਾਰਕ ਹੈ ਔਰ ਅਸਾਂ ਜਿੱਥੇ ਅਸੀਂ ਪਹਿਲੇ ਗਏ ਸੀ ਉਸ ਇਹਨਾਂ ਨੇ ਖਾਵਨ ਸੇ ਮੁਹੰਮਦ ਦੀਨ ਉਸ شیخ ਮੁਹੰਮਦ شیخ ਮੁਹੰਮਦ ਦੀਨ ਇਰਾ ਸਿੰਘ ਦੇ بیٹے ਸੇ ਇਹਨਾਂ ਨੇ ਖਾਵਨ ਸੇ ਬਾਬਾ ਗੁਰਬਾਈ ਸਿੰਘ ਨੇ ਜਮਾਈ ਸੇ ਉਹ ਦਾਮਾਦ ਜੀ ਨਾਲ ਕਿਹਾ ਨੇ ਅੱਛਾ ਇੱਕ ਗੱਲ ਹੋਰ ਦੱਸਣਾ ਚੱਲਾਂ ਗੁਰਪਿਆਰੀ ਸੰਗਤ ਜੀ ਜਦੋਂ ਕੋਈ ਬੰਦਾ ਸਿੱਖ ਧਰਮ ਤੋਂ ਮੁਸਲਮਾਨ ਕਨਵਰਟ ਹੁੰਦਾ ਤੇ ਉਹਨੂੰ ਜ਼ਾਤ ਕਿਹੜੀ ਮਿਲਦੀ ਹੈ ਸ਼ੇਖ ਮਿਲਦੀ ਹੈ ਤੇ ਸੋ ਇਹ ਵੀ ਜ਼ਰਾ ਜ਼ਿਹਨ ਦੇ ਚ ਧਿਆਨ ਚ ਰੱਖਣਾ ਕਿ ਸ਼ੇਖ ਉਹ ਅਰਬ ਵਾਲੇ ਸ਼ੇਖ ਨਹੀਂ ਇਹ ਤਖੱਲਸ ਹੈ ਸ਼ੇਖ ਉਹਨਾਂ ਨੂੰ ਕਿਹਾ ਜਾਂਦਾ ਸੀ ਜਿਹੜੇ ਲੋਕ ਯਾਨੀ ਕਿ ਖੱਤਰੀਓ ਜਾਂ ਸਿੱਖੋ ਮੁਸਲਮਾਨ ਹੁੰਦੇ ਸਨ ਉਹਨਾਂ ਨੂੰ ਸ਼ੇਖ ਕਿਹਾ ਜਾਂਦਾ ਸੀ ਇਸ ਵਾਸਤੇ ਅਸੀਂ ਤੁਹਾਨੂੰ ਪਹਿਲੇ ਸਾਰੀ ਡਿਟੇਲਸ ਪੂਰੀ ਦੱਸਰੀ ਹੈ ਕਿ ਅਸੀਂ ਅੱਜ ਉਹ ਸ਼ਾਹੀ ਖਾਨਦਾਨ ਦੀ ਮਤਲਬ ਕਿ ਕਹਿ ਲਵੋ ਤੁਸੀਂ ਕਿ ਖਾਸ ਕਰਕੇ ਖਾਲਸਾ ਪੰਥ ਵਾਸਤੇ ਇੱਕ ਬਹੁਤ ਹੀ ਕਹਿ ਲਓ ਕਿ ਮਤਬਰਕ ਜਗਾ ਹੈ ਕਿ ਬਾਬਾ ਗੁਰਨਾਨਕ ਸਾਹਿਬ ਦੀ ਡਾਇਰੈਕਟਲੀ तकरीबन सतारवीं पीढ़ी जी अठारवी पीढ़ी कह लवो तुम अठारवीं पीढ़ी जी उन्होंने है, कबर है जिन्होंने की बलवंत बलवंत कौर जिना इस्लामी ना जैनम बीबी सी जो इन्होंने संताली तो पहले बलवंत कौन सिंह, बाबा खैम सिंह मैं ला लें बे पोतरी है ये नानी से जो संताली पी संताली बाद इस्लाम कबूल किता ने इन्होंने की न मिले से बलवंत कौल तो हटी का ना मिले जैनम बीबी और बा अवतार सिंह ਨੋ ਜਿਹੜਾ ਸੀ ਉਹਨਾਂ ਕੀ ਮਿਲਿਆ ਮਮਨਦੀਨ ਔਰ ਬਾਬਾ ਇਰਾ ਸਿੰਘ ਨੇ ਇਹ ਨੂੰ ਸੀ ਉਹ ਬਮਨਦੀਨ ਨੇ ਜਿਹੜੀ ਹੈ ਬੀਵੀ ਸੀ ਮੈਂ ਹਾਂ ਤੁਹਾਡਾ ਆਪਣਾ ਹੋਸਟ ਸਾਹਿਦ ਸ਼ਬੀਰ ਬਾਬਾ ਜੀ ਔਰ ਆਪਾਂ ਲੈ ਕੇ ਪਹੁੰਚੇ ਹਾਂ ਪ੍ਰੋਗਰਾਮ ਵਿਛੋੜਾ ਵਿਛੋੜਾ ਅਗਰ ਤੁਹਾਡਾ ਵੀ ਕੋਈ ਵਿਛੜ ਗਿਆ ਹੈ ਅਗਰ ਪਾਕਿਸਤਾਨ ਸਾਈਡ ਦੇ ਉੱਤੇ ਸੈਂਟਰਲ ਪੰਜਾਬ ਚ ਹੈ ਨਾਰਥ ਪੰਜਾਬ ਦੇ ਵਿੱਚ ਹੈ ਤੇ ਤੁਸੀਂ ਸਾਡੇ ਚੈਨਲ ਨਾਲ رابطہ ਕਰੋ ਔਰ ਚੈਨਲ ਨੂੰ ਤੁਸੀਂ ਰਿਕੁਐਸਟ ਕਰੋ ਉਹ ਤੁਹਾਡੀ ਰਿਕੁਐਸਟ ਨੂੰ ਐਕਸੈਪਟ ਕਰਨਗੇ ਔਰ ਐਕਸੈਪਟ ਕਰਨ ਤੋਂ ਬਾਅਦ ਫਿਰ ਅਸੀਂ ਤੁਹਾਨੂੰ ਦੱਸਾਂਗੇ ਕਿ ਅਸੀਂ ਨੰਬਰ ਵਾਈਜ਼ ਉਹਨਾਂ ਜਗ੍ਹਾ ਦੇ ਉੱਤੇ ਪਹੁੰਚਾਂਗੇ ਔਰ ਜਿੱਥੇ ਤੱਕ ਹੋ ਸਕੇ ਜਿਸ ਤਰ੍ਹਾਂ ਕਿ ਭਾਈ ਸਾਹਿਬ ਨੂੰ ਆਪਣੀ ਪੁਰਾਤਨ ਜਿਹੜੀ ਹਿਸਟਰੀ ਹੈ ਉਹ ਬਹੁਤ ਜ਼ਿਆਦਾ ਜਿਹੜੀ ਹੈ ਉਹ ਪਤਾ ਹੈ ਔਰ ਉਹਨਾਂ ਨੂੰ ਜਾਣੂ ਹੋਏ ਨੇ ਕਿਉਂਕਿ ਗਏ ਹੋਏ ਸੀ ਮਜ਼ਦੂਰੀ ਵਾਸਤੇ ਜਿਸ ਤਰ੍ਹਾਂ ਦੱਸਿਆ ਉਹਨਾਂ ਨੇ ਬੜਾ ਔਖਾ ਵਕਤ ਅਤੇ گزارਿਆ ਕਿਉਂਕਿ ਮਜ਼ਦੂਰੀਆਂ ਕਰ ਕਰਕੇ ਚੋਰੀ ਖਾਣੀ ਪੈਂਦੀ ਹੈ ਚਾਹੇ ਦੁਬਈ ਹੋਵੇ ਚਾਹੇ ਸੌਦੀਆ ਹੋਵੇ ਜਦੋਂ ਹੁਣ ਬੁਢੇਪਾ ਆਇਆ ਬੁਢੇਪਾ ਛੜਿਆ ਤੇ ਆਪਣਾ ਅੰਸ਼ਵੰਸ਼ ਯਾਦ ਆਇਆ ਜਿਸ ਵੇਲੇ ਅਜ ਸਵੇਰ ਦੀਆਂ ਇਹਨਾਂ ਦੀਆਂ ਅੱਖਾਂ ਗਿੱਲੀਆਂ ਨੇ ਸਵੇਰ ਦੇ ਇਹ ਪਲ-ਪਲ ਰੋਂਦੇ ਨੇ ਵੱਡਿਆਂ ਦਾ ਨਾਮ ਲੈ ਕੇ ਅੱਜ ਇੱਕ ਛੋਟੀ ਜੀ ਦੁਕਾਨ ਦੇ ਮਾਲਕ ਕੱਲ ਦੇ ਰਈਸ ਜਿਸ ਤਰ੍ਹਾਂ ਮੈਂ ਕਿਹਾ ਸੀ 47 ਦੇ ਵਿੱਚ ਜਿਹੜੇ ਉਜੜੇ ਉਹ ਅੱਜ ਤੱਕ ਨਹੀਂ ਉੱਠੇ ਉਸ 47 ਦੇ ਵਿੱਚ ਲੱਖੋਂ ਕੱਕ ਤੱਕੋਂ ਲੱਖ ਆਉਣ ਵਾਲੇ ਜਿਹੜੇ ਪਰਿਵਾਰ ਨੇ ਉਹਨਾਂ ਦੇ ਵਿੱਚੋਂ ਬਾਬਾ ਖੀਮ ਸਿੰਘ ਜੀ ਦੀ ਦੀ ਵਾਂਛ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਖਲੋਤੀ ਹੋਈ ਹੈ ਅਸੀਂ ਭਾਈ ਸਾਹਿਬ ਨਾਲ ਵੀ ਥੋੜੀ ਜਿਹੀ ਗੱਲ ਕਰਨੀ ਆ ਭਾਈ ਸਾਹਿਬ ਤੁਸੀਂ ਜਿਹੜੇ ਅੰਮੀ ਜੀ ਨੇ ਤੁਹਾਡੇ ਅਕਸਰ ਅਕਸਰ ਜਾਨ ਜੀ ਉਹ ਤੁਸਨ ਕੀ ਦੱਸਨੇ ਸਨ ਆਪਣੇ ਨਾਨਕਿਆਂ ਬਾਰੇ ਨਾਨਕਿਆਂ ਬਾਰੇ ਦੱਸਦੇ ਸਨ ਕਿ ਜਿਸ ਤਰਾ ਅਮੀਰ ਹੈ ਤਗੜੀ ਸੌਮੀ ਸੀ ਠੀਕ ਠਾਕ ਸੀ ਮਤਲਬ ਕਿ ਮਹਲਾਂ ਵਾਲੇ ਸਾਰੇ ਸਾਰੀਆਂ ਨੇ ਹਾਂ ਜੀ ਹਾਂ ਜ਼ਮੀਨਾਂ ਇਹ ਜਿਸ ਤਰ੍ਹਾਂ ਇੱਥੇ ਪਠਵਾਰੀ ਚਾਹਣੇ ਨੇ ਕਿ ਆਹਣੇ ਨੇ ਅਸੀਂ ਨਵਾਬਾਂ ਨੇ ਨਵਾਬ ਹੈ ਰਾਜੇ ਆ ਇਸ ਤਰ੍ਹਾਂ ਹੈ ਅੱਛੀ ਫੈਮਿਲੀ ਹੈ ਜੀ ਮਤਲਬ ਕਿ ਘਰ ਅਸਾਂ ਤੁਸਾਂ ਨੇ ਗਏ ਆ ਅਸੀਂ ਚੱਕੀਆਂ ਨੇ ਬੋਰਡ ਵੀ ਤੱਕੇ ਜਿਹੜੇ ਪੁਰਾਣੇ ਬੇਸ ਤੇ ਕਿਸ ਤਰ੍ਹਾਂ ਮਹਿਸੂਸ ਹੋਣਾ ਕੱਲ ਨੇ ਰਾਜੇ ਮਹਾਰਾਜੇ ਔਰ ਅੱਜ ਦਿਹਾੜੀਆਂ ਕਰਕੇ ਗੁਜ਼ਾਰਾ ਕਰਨੇ ਕਿਸ ਤਰ੍ਹਾਂ ਮਹਿਸੂਸ ਹੋਣਾ ਮੁਸ਼ਕਲ ਹੈ ਜੀ ਹਾਲਾਤ ਹੁਣ ਜਿਹੜੇ ਨਾਜ਼ਕ ਹੈ ਬਸ ਬਾਬਾ ਖੀਮ ਸਿੰਘ 베ਦੀ ਦੇ ਡਿਸੈਂਡੈਂਟ ਜਿਹੜੇ ਨੇ ਐਸ ਵੇਲੇ ਲੁਧਿਆਣੇ ਵੀ ਗੱਦੀ ਦੇ ਉੱਤੇ ਬੈਠੇ ਹੋਏ ਨੇ ਮੈਂ ਹਰ ਵੀਡੀਓ ਦੇ ਵਿੱਚ ਉਹਨਾਂ ਤੋਂ ਰਿਕੁਐਸਟ ਕਰ ਰਿਹਾ ਹੱਥ ਜੋੜ ਕੇ ਕਿ ਬਾਬਾ ਜੀ ਇਹ ਤੁਹਾਡਾ ਅਣਸ਼ਵੰਸ਼ ਹੈ ਇਹ ਬਾਬਾ ਬਾਬਾ ਖੀਮ ਸਿੰਘ 베ਦੀ ਬਾਬਾ ਗੁਰਬਖਸ਼ ਸਿੰਘ 베ਦੀ ਜੀ ਜਿਹੜੀ ਆਲ ਔਲਾਦ ਹੈ ਬਾਬਾ ਗੁਰਨਾਨਕ ਸਾਹਿਬ ਦੀ ਆਲ ਔਲਾਦ ਹੈ ਉਹ ਚਾਹੁੰਦੇ ਨੇ ਕਿ 47 ਵਿਲੇ ਜਿਹੜੀ ਵੰਡ ਪਈ ਹੈ ਉਹਦੇ ਵਿੱਚ ਜਦੋਂ ਅਸੀਂ ਵਿਛੜ ਗਏ ਸੀ ਆਪਣਾ ਤੇ ਤੁਹਾਨੂੰ 47 ਦੇ ਵਿੱਚ ਕੋਈ ਲੱਭਣ ਲਈ ਨਹੀਂ ਆਇਆ ਜਾਂ ਤੁਹਾਡੀ ਬੀਬੀ ਜੀ ਨੂੰ ਸਾਨੂੰ ਲੱਭਣ ਐ ਸਾਬਾਬਾ ਗੁਰਬੁਈ ਸਿੰਘ ਆਏ ਨੇ ਉਹਨਾਂ ਨੇ ਪੂਰਾ ਖਾਨਦਾਨ ਬਾਰੀ ਬਾਰੀ ਆ ਕੇ ਸਾਨੂੰ ਲੱਭਦਾ ਰਿਹਾ ਲੇਕਿਨ ਬਸ ਕਿਸਮਤਾਂ ਸੀ ਹਾਂ ਕਿ ਅਸਾਂ ਦੀਆਂ ਮੁਲਾਕਾਤਾਂ ਨਹੀਂ ਹੋਈਆਂ ਸਾਡੇ ਵੀ ਸਾਡੀ ਮਾਂ ਵੀ ਨਾਨੀ ਵੀ ਰੋ ਰੋ ਕੇ ਪਾਗਲ ਹੋਏ ਨੇ ਮਾਂ ਸਾਡੀ ਵੀ ਪਾਗਲ ਹੋਏ ਨੇ ਜਿਨ੍ਹਾਂ ਨੇ ਸ਼ਹਿਰਾਂ ਸ਼ਹਿਰ ਗਵਾਈ ਦੇ ਸੰ ਕਿ ਆਪਣੇ ਸੰਤਾਂ ਦੀ ਤੋਂ ਬਾਅਦ ਆਪਣੇ ਵਡੇਰਾਂ ਨੂੰ ਲੱਭ ਲੱਭ ਕੇ ਪਾਗਲ ਹੋਏ ਨੇ ਕਿਉਂਕਿ 10 ਸਾਲ ਪਹਿਲੇ ਹੀ ਇੱਕ ਅਵੇਰਨੈਸ ਆਈ ਹੈ ਕਿ ਆਪਸ ਵਿੱਚ ਰਲ ਮਿਲ ਕੇ ਬੈਠਣਾ ਚਾਹੀਦਾ ਲੜਾਈਆਂ ਨਹੀਂ ਹੋਣੀਆਂ ਚਾਹੀਦੀਆਂ ਜੰਗਾਂ ਨਹੀਂ ਹੋਣੀਆਂ ਚਾਹੀਦੀਆਂ ਨਹੀਂ ਤਾਂ ਇੱਕ ਦੂਜੇ ਦੇ ਦੁਸ਼ਮਣ ਹੀ ਆਪਾਂ ਬਣੇ ਪਏ ਆਂ ਔਰ ਇੱਕ ਦੂਸਰੇ ਨੂੰ ਦੁਸ਼ਮਣ ਹੀ ਆਪਣਾ ਗਰਦਾਂਦੇ ਆਂ ਤੇ ਸੋ ਮੇਰਾ ਖਿਆਲ ਹੈ ਕਿ ਉਸ ਵੇਲੇ ਸ਼ਾਇਦ ਡਰਦੇ ਮਰੇ ਹੋਣਾਂ ਨੇ ਕਿਸੇ ਨੇ ਨਹੀਂ ਮਿਲੇ ਕਿ ਵੀ ਸਿੱਖਾਂ ਨੂੰ ਮਿਲਾਂਗੇ ਬਾਦੋਂ ਅਸੀਂ ਇੱਥੇ ਰਹਿਣਾ ਵੀ ਹੈ ਕਿਆ ਕੋਈ ਇਸ ਤਰ੍ਹਾਂ ਦਾ ਜਦੋਂ ਸੁਨਤਾਲੇ ਪਈ ਸੁਨਤਾਲੇ ਤੋਂ ਬਾਅਦ ਇੱਕ ਸਾਲ ਦੇ ਨਾਨਾ ਜੀ ਬੱਚੇ ਨੇ ਇੱਕ ਨਾਨੀ ਬੱਚੇ ਨੇ ਖਾਨਦਾਨ ਸਾਰਾ ਕੋਈ ਬੱਚੀਆਂ ਸਾਡੀਆਂ ਖੂਹਾਂ 'ਚ ਸਟੀਆਂ ਗਏ ਜਾਂ ਕੋਈ ਜਨ ਆ ਗਿਆ ਬੜਾ ਮੁਸ਼ਕਲ ਟਾਈਮ ਸੀ ਇਹ ਨਾਨੀ ਨਾਨਾ ਸਾਡੇ ਛਪ ਗਏ ਨੇ ਇਹ ਸਾਹਮਣੇ ਨਹੀਂ ਆਏ ਨੇ ਇਨਾ ਇੱਕ ਛਪਦੀਆਂ ਗਦਾ ਆ ਉਥਾ ਇਸਲਾਮ ਕਬੂਲ ਕੀਤਾ ਸੀ ਨਥੇ ਕੋ ਜਦੋਂ ਇਸਲਾਮ ਕਬੂਲ ਕੀਤਾ ਨੇ ਇਨਾ ਆਪਣੀ ਕੋਈ ਸ਼ੈ ਨਹੀਂ ਲੱਭੀ ਕੱਲੇ ਰਹੀ ਗਏ ਸੇ ਡਰ ਸੀ ਕਿ ਅਗਰ ਕਿਸੇ ਚੀਜ਼ ਨੂੰ ਹੱਥੋਂ ਪਾਇਆ ਤਾਂ ਮਾਰ ਦੇਸੀ ਕੋਈ ਅੱਜ ਅਸੀਂ ਬਾਬਿਆਂ ਦੀ ਔਲਾਦ ਜਵਾਨ ਹੋਏ ਆ ਜਦੋਂ ਅਸੀਂ ਪਰਦੇਸ ਕੱਟੇ ਨੇ ਸਾਡੇ ਸਾਡੇ ਭਰਾ ਵੱਡੇ ਮੁਹੰਮਦ ਨਈਅਤ ਉਹ ਵੀ ਦੇ ਨੇ ਮੁਹੰਮਦ ਯਾਸੀਨ ਉਹ ਵੀ ਦੇ ਨੇ ਮੈਂ ਆਪ ਵੀ ਸਾਰਿਆਂ ਇਹ ਮੇਰਾ ਮਸੀਦ ਵੀ ਬਾਦਿਆ ਇਦਾਂ ਛੋਟਾ ਭਰਾ ਗੁਲਫਾਮ ਹੈ ਉਹ ਵੀ ਸਾਉਦੀਆ ਦਾ ਵਿੱਚ ਅਸੀਂ ਵਸੂਲੀ ਕਰਨ ਵਾਸਤੇ ਆਪਣੇ ਬੇਬਿਆਂ ਨੂੰ ਸੋਹਾ ਕਰਨ ਵਾਸਤੇ ਪਰਦੇਸ ਗਏ ਹੁਣ ਜਦੋਂ ਵਾਪਸ ਆਏ ਆ ਸਾਨੂੰ ਇਹ ਪਤਾ ਚੱਲਿਆ ਕਿ ਅਸੀਂ ਨਵਾਬਾਂ ਦੀ ਔਲਾਦ ਆ ਸਾਡੇ ਬਾਬਾ ਖੈਮ ਸਿੰਘ ਬਾਬਾ ਗੁਰਬੁਜ ਸਿੰਘ ਇਹ ਨਵਾਬ ਸੇ ਸਨ ਅਸੀਂ ਕਾਗਜ਼ ਫਰੋਲਾ ਸ਼ੁਰੂ ਕੀਤੇ ਤਾਂ ਸਾਨੂੰ ਦਸਤਾਨਾ ਮਿਲਿਆ ਨਹੀਂ ਰਾਤ ਸ਼ਾਇ ਮਿਲਣੀ ਸ਼ੁਰੂ ਹੋਈਏ ਕਿ ਅਸੀਂ ਨਵਾਬਾਂ ਦੇ ਪੁੱਤਰ ਸਿਆ ਅੱਜ ਮੇਰੀ ਰਿਆਸ਼ ਕੀਤੇ ਦੁਕਾਨ ਦੇਂਦਾ ਮੈਂ ਦੁਕਾਨ ਦੇ ਅੰਦਰ ਸੁਣਾਇਆ ਇਹ ਔਲਾਦ ਬਣੇ ਸੁਣਤਾ ਦੀ ਤਬਾਅ ਅੱਜ ਤੱਕ ਅਸਾਂ ਸੁਧਰੀ ਨਾ ਸਕੇ ਨਾ ਸਾਨੂੰ ਚਾਂਸ ਮਿਲਿਆ ਸਾਡੀ ਮਾਂ ਚਲੀ ਗਈ ਹੈ ਉਹ ਵੀ ਪੂਰੇ ਸ਼ਹਿਰ ਨੇ ਵਿੱਚ ਪਾਗਲ ਆਪਣੇ ਬਾਬਿਆਂ ਨੂੰ ਕਿਸੇ ਨੂੰ ਬਾਬਾ ਗੁਰੂ ਬੋਏ ਸਿੰਘ ਨੂੰ ਲਵਦੀ ਸੀ ਕਿ ਆਪਣੇ ਉਹਨਾਂ ਨੇ ਜਿਹੜੀ ਪਹਿਲੀ ਸ਼ਾਦੀ ਹੋਈ ਸੀ ਕਾਜ਼ੀਆਂ ਨੇ ਵਿੱਚ ਹੋਈ ਸੀ ਫੁੱਫੋ ਨੇ ਕਹਾ 47 ਪਹਿਲੇ ਦਿਨ ਸਾਡਾ ਅਮਨ ਖਾਨੋਂ ਸੀ ਉਹ ਫੋਟ ਹੋਇਆ ਤੇ ਦੂਸਰੀ ਸ਼ਾਦੀ ਸਾਡੇ ਵਾਲਦ ਨਾਲ ਹੋਈ ਹੈ ਇਹਨਾਂ ਨੇ ਇਸਲਾਮ ਕਬੂਲ ਕਰਨ ਤੋਂ ਬਾਅਦ ਸਾਡੇ ਜਿਹੜੇ ਬਾਬਾ ਜੀ ਸੇ ਉਹਨਾਂ ਦਾ ਨਾਂ ਵਾਲਦ ਦਾ ਨਾਂ ਫਜ਼ਲਦੀਨ ਵਾਲਦ ਰੋੜਾ ਸਿੰਘ ਸੀ ਓ ਰੋੜਾ ਸਿੰਘ ਉਹ ਸਾਡੇ ਦਾਦਾ ਜੀ ਸਨ ਠੀਕ ਹੈ ਅਸੀਂ ਜੱਦੀ ਪੁੱਤੀ ਜੱਦੀ ਪੁਛਤੀ ਜਿਹੜੇ ਆ ਨਵਾਬਾਂ ਦੀ ਔਲਾਦ ਸਿਆ ਉਹ ਵੀ ਨਵਾਬ ਸੇ ਇਹ ਵੀ ਨਵਾਬ ਸੇ ਸਾਡੇ ਸਾਰੇ ਚਲੇ ਗਏ ਪਿੱਛੇ ਅਸੀਂ ਦੋ ਖਾਲਾ ਦੋ ਮਾਮੂ ਇੱਕ ਨਾਨੀ ਇੱਕ ਨਾਨਾ ਰਹੇ ਨੇ ਜਿਨ੍ਹਾਂ ਆਪਣੀ ਕਿਸੇ ਸ਼ੈ ਨੂੰ ਤੱਕਿਆ ਤਾਂ ਕਿ ਸਾਹਮਣੇ ਬਾਗੀਆਂ ਪਰ ਲੋਕ ਮਕਾਨ ਬਣਾ ਰਹੇ ਉਹਨਾਂ ਕੁਝ ਨਹੀਂ ਕੀਤਾ ਅੱਜ ਅਸੀਂ ਤਾਂ ਕੁਐਸ਼ ਕਰਨੇ ਆ ਆਪਣੇ ਜਿਹੜੇ ਖਾਨਦਾਨ ਹਸਦਾ ਹੈ जोड़े सादान है कि तुम मेहरबानी करो अपनी औलाद को पहचानो अपने खुद को पहचानो असी प चुहत्तर चौहत्तर साल तो लभ रहे मेरा मसेर है मेरी खाला का पुत्र है इंजी जी कोर खाला है इसका नाव वलैद जान है वो थमाली से उन्होंने शादी हुई है वो वे एक मावा है जहूर अहमद जिन्हनी शादी नहीं हुई जहूर अहमद कुबारा एक मावा है अब्दर रहमान जिन्हूत हो गए ਅੱਛਾ ਇਹ ਨਾ ਇਸ ਲਈ ਉਹਨਾਂ ਨੂੰ ਕੁਵਾਰਾ ਵੀ ਕਿਹਾ ਜਾਂਦਾ ਜ਼ੋਰ ਅਹਿਮਦ ਕੁਵਾਰਾ ਜੀ ਜ਼ੋਰ ਅਹਿਮਦ ਕੁਵਾਰਾ ਤਾਂ ਕਹਿੰਦੇ ਕਿ ਉਹਨਾਂ ਦੀ ਸ਼ਾਦੀ ਬੀਵੀ ਬੱਚੇ ਨਹੀਂ ਆ ਉਹ ਜਦ ਅੱਜ ਉਹਨਾਂ ਨੇ ਚੁਦਾ ਤਦ ਪਛਤਾ ਸਾਲ ਉਮਰ ਹੀ ਹੋ ਰਹੀ ਇਸ ਪਨੇਰ ਨੇ ਕੋਲ ਰਹਿਣੇ ਹੋ ਕਿ ਮੇਰੀ ਭੈਣ ਸੀ ਇੱਥੇ ਬੜੀ ਭੈਣ ਸੀ ਉਹ ਸਾਡੇ ਕੋਲ ਰਹਿੰਦੇ ਨੇ ਅਸੀਂ ਉਹਨਾਂ ਦੀ ਯਾਰ ਖਿਦਮਤ ਕਰਨੇ ਆ ਸਾਡੇ ਵੱਡੇ ਨੇ ਹੋ ਕਿਉਂਕਿ ਸਾਡੇ ਕੋਲ ਵੱਡਿਆਂ ਵਿੱਚ ਉਹ ਹੀ ਬੱਚੇ ਨੇ ਸਾਡੇ ਵਾਲਦ ਵੀ ਚਲੇ ਗਏ ਨੇ ਮਾਂ ਵੀ ਚਲੀ ਗਈ ਖਾਲਾ ਵੀ ਨਾਨਾ ਵੀ ਨਾਨੀ ਵੀ ਮਾਮੂ ਵੀ ਚਲੇ ਗਏ ਨੇ ਇੱਕ ਮਾਮੂ ਬੱਚੇ ਨੇ जिन्हनि असां सेवा कर रिक्वैस्ट आहे की जहिड़े असांजे ख़ानदान सुतालीच बिछड़ मिलो असां मुलाक़ात हुअणु असांजे दुख दूर हुअ ए त वीडियो त खो तूं दुख बि थोरी ती नबर जिस की बलवं कोल आणे से बाबा गुरबत सिंधी बेटी खैम सिंह पोतरी सिंधी न कबर ते असीं खड़े हुयां में उन्हनि दोत तरह को हां जी जी ਤੁਸੀਂ ਗੱਲਬਾਤ ਸੁਣੀ ਭਾਈ ਮਨੀਰ ਅਰਸ਼ਦ ਜਿਹੜੇ ਕਿ ਡਾਇਰੈਕਟਲੀ ਡਿਸੈਂਡਡ ਨੇ ਬਾਬਾ ਗੁਰਬਖਸ ਸਿੰਘ 베ਦੀ ਔਰ ਬਾਬਾ ਖੇਮ ਸਿੰਘ 베ਦੀ ਜੀ ਔਰ ਬੀਬੀ ਜ਼ੈਨਬ ਦੇ ਜਿਹੜੇ ਨੇ ਇਸ ਵੇਲੇ ਨਿਵਾਸੇ ਨੇ ਜਾਂ ਦੋਤਰੀ ਨੇ ਜਾਂ ਨਾਤੇ ਨੇ ਕਹਿ ਲਵੋ ਤੁਸੀਂ ਕਿ ਉਹਨਾਂ ਦੀ ਜ਼ੁਬਾਨੀ ਤੁਸੀਂ ਸੁਣਿਆ ਦੇਖੋ ਪਾੜਾ ਵੰਡ ਗਦਰ ਲਹੂ ਦੀ ਲਕੀਰ ਜਿਹੜੀ ਹੈ ਉਹ ਕਿੰਨੀ ਸਖਤ ਸੀ ਉਹ ਕਿੰਨੀ ਦਰਦ ਭਰੀ ਸੀ ਠੀਕ ਹੈ ਅੱਜ ਅਗਰ ਅਸੀਂ ਦੇਖਨੇ ਆ ਤਾਂ ਸਾਨੂੰ ਉਹ ਚੀਜ਼ਾਂ ਜਿਹੜੀਆਂ ਨਜ਼ਰ ਆਉਂਦੀਆਂ ਨੇ ਜਿਹੜੀ ਪਿਕਚਰ ਨਜ਼ਰ ਆਉਂਦੀ ਹੈ ਦੋਹਾਂ ਪਾਸੇ ਹੱਸਦੇ ਖੇਡਦੇ ਲੋਕ ਉਹਦੇ ਵਿੱਚ ਪੰਜਾਬ ਨੂੰ ਕੀ ਮਿਲਿਆ ਤੁਸੀਂ ਦੇਖ ਸਕਦੇ ਹੋ ਪੰਜਾਬ ਖੂਨ ਨਾਲ ਨਹਾਤਾ ਤਿੰਨ ਦਿਨ ਦੇ ਵਿੱਚ ਪੰਜਾਬ ਦਾ ਫੈਸਲਾ ਕਰਨ ਵਾਲੇ ਲੋਕਾਂ ਨੇ ਪੰਜਾਬ ਦਾ ਫੈਸਲਾ ਤੇ ਕਰ ਦਿੱਤਾ ਬਟ ਇਹ ਸ਼ਾਮ ਪਈ ਹੋਈ ਹੈ ਇਸ ਵੇਲੇ ਇਸ ਤੋਂ ਬਾਅਦ ਨੇਰਾ ਪੈ ਜਾਂਦਾ ਹੈ ਹਰ ਅਰੂਜ ਨੂੰ ਜ਼ਵਾਲ ਹੁੰਦਾ ਹੈ ਠੀਕ ਹੈ ਜੀ ਕਦੀ ਐਸੇ ਇਲਾਕੇ ਦੇ ਵਿੱਚ ਬਾਬਾ ਖੇਮ ਸਿੰਘ ਬੇਦੀ ਦਾ ਤੋਤੀ ਬੋਲਦਾ ਸੀ ਜਣਾ ਖਣਾ ਨਾਮ ਲੈਂਦਾ ਸੀ ਸਰਰਾਏ ਬਹਾਦਰ ਬਾਬਾ ਖੀਮ ਸਿੰਘ ਬੇਦੀ ਕੋਈ ਸਿਰਕਿਓਂ ਬਗੈਰ ਇਸ ਬਾਜ਼ਾਰ اچ ਨਹੀਂ ਸੀ ਫਿਰ ਸਕਦਾ ਇਹਨਾਂ ਦੇ ਘੋੜਿਆਂ ਦੀ ਤਾਦਾਦ ਇਹਨਾਂ ਦੇ ਮਹਿਮਾਨਾਂ ਦੀ ਤਾਦਾਦ ਇੱਥੇ ਕੀ ਕਹਿੰਦੇ ਨੇ ਆਪਣਾ ਲੋਟਸ ਦਾ ਥਿਆਣਾ ਔਰ ਇੱਥੇ ਇਸ ਮਤਲਬ ਇਲਾਕੇ ਵਾਸਤੇ ਤਰਕਿਆਤੀ ਕੰਮ ਕਰਾਣੇ ਜਾਂ ਇਸ ਜਗ੍ਹਾ ਦੇ ਉੱਤੇ ਪਾਣੀ ਦੀਆਂ ਬੰਨਾਂ ਬਣਾਣੀਆਂ ਜਾਂ ਗੁਰਦੁਆਰਾ ਦੁਖ ਭਜਨੀ ਦੀ ਗੱਲ ਤੇ ਥਵਾ ਖਾਲਸਾ ਜਿਹੜਾ ਉਹ ਖਾਲਸਾ ਤਾਰੀਖ ਦੇ ਵਿੱਚ ਸੂਏ ਅੱਖਰਾਂ ਦੇ ਨਾਲ ਲਿਖਿਆ ਹੋਇਆ ਹੈ ਸਨੇਰੇ ਅੱਖਰਾਂ ਨਾਲ ਨਹੀਂ ਸੂਏ ਅੱਖਰ ਇਸ ਲਈ ਕਹਿ ਰਿਆ ਹਾਂ ਸੂਏ ਅੱਖਰ ਜਿਹੜੇ ਨੇ ਉਹ ਖੂਨ ਦੇ ਪਿਜੇ ਹੋਏ ਨੇ ਉਹ ਖੂਨ ਦੀ ਲਾਲੀ ਲੈ ਕੇ ਉਹ ਸ਼ਹੀਦੀਆਂ ਦੇ ਕੇ ਉਹ 26 ਭੈਣਾ ਉਹ ਮਾਵਾਂ ਉਹ ਧੀਆਂ ਸਿਰਫ ਆਪਣੀ ਇੱਜ਼ਤ ਬਚਾਉਣ ਦੇ ਖਾਤਰ ਜਿਨ੍ਹਾਂ ਨੇ ਖੂਹਾਂ 'ਚ ਸ਼ਾਲਾਂ ਮਾਰੀਆਂ ਉਹ ਖੂਬ ਭਰੇਗੇ ਆਪਾਂ ਤੁਹਾਨੂੰ ਸਿੱਖ ਇੰਟਰਨੈਸ਼ਨਲ ਵੱਲੋਂ ਇੱਕ 2019 ਦੇ ਵਿੱਚ ਭੈਣ ਸੋਨੀਆ ਧਾਮੀ ਜੀ ਆਏ ਸਨ ਔਰ ਨਾਲ ਹੀ ਨਾਲ ਆਪਣਾ ਜਹਾਂਦਾਦ ਭਾਈ ਜਿਹੜੇ ਨੇ ਜਿਹੜੇ ਕਿ ਪਾਇਨੀਅਰ ਨੇ ਇੰਡਸ ਹੈਰੀਟੇਜ ਕਲੱਬ ਦੇ ਤੋਂ ਟੂਰ ਆਇਆ ਸੀ ਅਸੀਂ ਖੂਹ ਦੇ ਦਰਸ਼ਨ ਵੀ ਕਰਾਏ ਸੀ ਔਰ ਉਹ ਜਗ੍ਹਾ ਵੀ ਦਿਖਾਈ ਸੀ ਤੇ ਗੱਲ ਕਰਨ ਦਾ ਮਕਸਦ ਹੈ ਵੇ ਕਿ ਕੈਨਾ ਬਹੁਤ ਸੁੱਖਾ ਸਹਿਣਾ ਬਹੁਤ ਔਖਾ ਹੈ ਜਿਨ੍ਹਾਂ ਲੋਕਾਂ ਨੇ ਸਹਿ ਹ ਉਹਨਾਂ ਨੂੰ ਪੁੱਛੋ ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ ਔਰ ਤੁਸੀਂ ਦਿਖ ਰਹੇ ਹੋ ਰੇਡੀਓ ਸਾਡੇ ਵਾਲਾ ਵੈਬ ਟੀਵੀ ਸਾਡੇ ਵਾਲਾ ਔਰ ਸ਼ਾਹਿਦ ਸ਼ਬੀਰ ਅਫੀਸ਼ੀਅਲ 올 ਰਾਈਟਸ ਆਰ ਰਿਜ਼ਰਵਡ ਬਾਈ ਸ਼ਾਹਿਦ ਸ਼ਬੀਰ ਅਫੀਸ਼ੀਅਲ ਐਂਡ ਰੇਡੀਓ ਸਾਡੇ ਵਾਲਾ ਐਂਡ ਵੈਬ ਟੀਵੀ ਸਾਡੇ ਵਾਲਾ ਅਗਰ ਤੁਹਾਡਾ ਵੀ ਕੋਈ ਤੁਹਾਡੇ ਤੋਂ ਵਿਛੜਿਆ ਹੈ ਅਗਰ ਤੁਹਾਡੀ ਵੀ ਦੂਰੀ ਕਿਸੇ ਆਪਣੇ ਘਰ ਪਰਿਵਾਰ ਨਾਲ ਪਈ ਹੈ ਸੰਤਾਲੀ ਦੇ ਪਾੜੇ ਦੇ ਵਿੱਚ ਤੁਹਾਡਾ ਕੋਈ ਪਰਿਵਾਰ ਇੱਧਰ ਰਹਿ ਗਿਆ ਹੈ ਜਾਂ ਉੱਧਰ ਰਹਿ ਗਿਆ ਹੈ ਪਲੀਜ਼ ਤੁਸੀਂ ਰੇਡੀਓ ਸਾਡੇ ਆਲਾ ਦੀ ਐਡਮਿਨਿਸਟ੍ਰੇਸ਼ਨ ਟੀਮ ਦੇ ਨਾਮ ਇੱਕ ਮੈਸੇਜ ਜ਼ਰੂਰ ਛੱਡੋ ਅਸੀਂ ਤੁਹਾਡੀ ਗੱਲ ਜਿਹੜੀ ਹੈ ਕੋਸ਼ਿਸ਼ ਕਰਾਂਗੇ ਕਿਉਂਕਿ 75 ਸਾਲ ਗੁਜ਼ਰਨ ਤੋਂ ਬਾਅਦ ਲੋਕੀ ਬਹੁਤ ਕੁਝ ਭੁੱਲ ਚੁੱਕੇ ਨੇ ਇੱਥੇ ਸਾਰੇ ਲੋਕ ਮਾਈਗ੍ਰੇਟਿਡ ਆ ਚੁੱਕੇ ਨੇ ਕਿਸੇ ਨੂੰ ਨਹੀਂ ਪਤਾ ਕੌਣ ਨਵਾਬਾਂ ਦਾ ਹੀ ਔਲਾਦ ਹੈ ਕਿਸੇ ਨੂੰ ਨਹੀਂ ਪਤਾ ਕੌਣ ਕਿੱਥੋਂ ਆਇਆ ਕਿਸੇ ਦੀ ਕਿਸੇ ਨੂੰ ਕੋਈ ਜਾਤ ਬਰਾਦਰੀ ਦਾ ਜਾਂ ਕਿਸੇ ਹੋਰ ਚੀਜ਼ ਦਾ ਬਿਲਕੁਲ ਨਹੀਂ ਪਤਾ ऐसे ही वीराने ਦੇ ਵਿੱਚ ਐ ਇੱਕ ਕਬਰ ਮੂੰਹ ਬੋਲਦਾ ਸਬੂਤ ਹੈ ਕਿ ਉਹ ਬੰਦਾ ਜਿਹਦੀ 28271 ਏਕੜ ਪਹਿਲੀ ਸੀ ਕਿੱਥੇ ਸਾਹੀਵਾਲ ਦੇ ਵਿੱਚ ਚੱਕ ਬੇਦੀ 41 ਪਿੰਡਾਂ ਦੀ ਵਿਰਾਸਤ 1000 ਨਾਨਕ ਸਾਹੀ ਰੁਪਈਆ ਉਸ ਤੋਂ ਬਾਅਦ ਬੇਦੀ ਮਹਿਲ ਦੇ ਕਰੀਬ ਇੱਕ ਮਰਬੇ ਦਾ ਬਾਗ ਉਹ ਦੁਕਾਨਾਂ ਉਹ ਮੁਹੱਲੇ ਉਹ ਮਹਿਲ ਉਹ ਬਾੜੀਆਂ ਉਹਨਾਂ ਦੇ ਡਿਸੈਂਡੈਂਟ ਆਜਸ ਕਬਰ ਦੇ ਵਿੱਚ ਹੋਰ پاگل ਹੋ ਕੇ ਗਏ ਨੇ 47 ਦੀ ਵੰਡ ਤੋਂ ਬਾਅਦ ਕਦਰ ਕਰੋ ਆਪਣੀ ਮਿੱਟੀ ਦੀ ਜਿੱਥੇ ਵੀ ਤੁਸੀਂ ਮੌਜੂਦ ਹੋ ਮੈਂ ਹਾਂ ਤੁਹਾਡਾ ਆਪਣਾ ਹੋਸਟ ਸਾਹਿਦ ਜ਼ਬੀਰ ਫਿਰ ਹਾਜ਼ਰ ਹੋਣਾ ਵਿਛੋੜੇ ਨੂੰ ਲੈ ਕੇ ਦੁਬਾਰਾ